ਦੀਆਂ ਸੁਨਤਾਂ ਨੂੰ ਅਪਣਾ ਲਓ, ਆਪ ਦੇ ਤਰੀਕੇ ਨੂੰ ਅਪਣਾ ਲਓ। ਦੋ ਬੇਟੀਆਂ ਪਾਲੀਆਂ ਜਿੰਨੇ ਉਹਨੂੰ ਪਾਕ ਨਬੀ ਫਰਮਾ ਗਿਆ, ਦੋ ਬੇਟੀਆਂ ਪਾਲੀਆਂ ਜਿੰਨੇ ਉਹਨੂੰ ਪਾਕ ਨਬੀ ਫਰਮਾ ਗਿਆ। ਹੋਇਆ ਸਾਥ ਨਸੀਬ ਨਬੀ ਦਾ, ਬੜੇ ਆਲਾ ਰੁਤਬੇ ਪਾ ਗਿਆ। ਦੋ ਬੇਟੀਆਂ ਪਾਲੀਆਂ ਜਿੰਨੇ ਉਹਨੂੰ ਪਾਕ ਨਬੀ ਫਰਮਾ ਗਿਆ। ਬੇਟੀ ਰੋਂਦੀ ਤੇ ਕੁਰਲਾਂਦੀ ਸੀ, ਰੋ ਰੋ ਕੇ ਅਰਜ਼ ਸੁਣਾਉਂਦੀ ਸੀ। ਇਸਲਾਮ ਆਉਣ ਤੋਂ ਪਹਿਲੇ ਬੇਟੀਆਂ ਦੇ ਨਾਲ ਬੜਾ ਬਦਤਰੀਨ ਸਲੂਕ ਕੀਤਾ ਜਾਂਦਾ, ਬੇਟੀਆਂ ਨੂੰ ਜ਼ਿੰਦਾ ਦਫ਼ਨ ਕੀਤਾ ਜਾਂਦਾ। ਅੱਲਾਹ, ਇਸਲਾਮ ਆਇਆ ਮੇਰੇ ਔਰ ਤੁਹਾਡੇ ਪੀਰੋ ਮੁਰਸ਼ਦ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਆਏ, ਬੇਟੀ ਨੂੰ ਮੁਕਾਮ ਮਿਲਿਆ, ਬੇਟੀ ਨੂੰ ਸ਼ਾਨ ਮਿਲੀ, ਬੇਟੀ ਨੂੰ ਅਜ਼ਮਤ ਮਿਲੀ। ਅੱਲਾਹੁ ਅਕਬਰ ਅੱਲਾਹ। ਬੇਟੀ ਰੋਂਦੀ ਤੇ ਕੁਰਲਾਂਦੀ ਸੀ, ਰੋ ਰੋ ਕੇ ਅਰਜ਼ ਸੁਣਾਉਂਦੀ ਸੀ, ਨਾਲੇ ਜ਼ਿੰਦਾ ਦਫਨਾਈ ਜਾਂਦੀ ਸੀ। ਇਹ ਸਾਰਾ ਕੁਫਰ ਜ਼ੁਲਮ ਕਮਾ ਗਿਆ, ਦੋ ਬੇਟੀਆਂ ਪਾਲੀਆਂ ਜਿੰਨੇ ਉਹਨੂੰ ਪਾਕ ਨਬੀ ਫਰਮਾ ਗਿਆ। ਦੋ ਬੇਟੀਆਂ ਜਿਹੜਾ ਪਾਲੇਗਾ, ਨਾਲੇ ਤਲੀਮ ਤਰਬੀਅਤ ਸਿਖਾ ਲੇਗਾ। ਜਿਹੜਾ ਦੋ ਬੇਟੀਆਂ ਪਾਲੇਗਾ, ਤਲੀਮ ਤਰਬੀਅਤ ਸਿਖਾ ਲੇਗਾ, ਉਹ ਆਲਾ ਮੁਕਾਮ ਪਾ ਗਿਆ। ਦੋ ਬੇਟੀਆਂ ਪਾਲੀਆਂ ਜੀ।